स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड सैदोके, इस पिंड नू तहसील निहाल सिंह वाला पैंदी है ते जिला जिहड़ा हैगा वह मोगा। जिहड़े घर चों अज वीडियो बना रहे हैं, बहुत वीडियो वीर कोलों बनाईआं दोस्तों, इस कोल भी क्योंकि व्यापार का काम रूटीन च पशु आउंदे आ। गावां ज्यादा दिखाई दीआं अज तुहानू, कुछ ना कि वच्छियां दे भी दिखाऊंगा। एक वच्छी बहुत सोहनी आपदी मस्ती कर रही है कच्चे रेते दे उत्ते, ते दुध वालियां गावां भी काफी सारियां। तुहानू मैं कैमरा शुरू च मार दिना, नग बहुत है दोस्तों, सारे तोर के दिखाने भी औखे है, ठंड का टाइम है, पर फिर भी कोशिश होगी थोनू मैं इन्हां दे विचों कुछ नग चला के तोर के दिखावां, ते कुछ तुसीं इत्थे नग जिहड़े उह खड़े ही देख लोगे। सो हरेक रंग वेखण नू मिलूगा अज्ज दी वीडियो च, क्योंकि व्यापार का पुराना काम है तो पशु जिहड़े इन्हां कोल रूटीन च आउंदे। दसो जे मैं अंदर तक कैमरा मारा तो थोनू पशु जिहड़े उह खड़े दिखणगे। इधर नेरा है पर गावां कुछ सू भी रहियां जिहड़ियां, दो नाग इत्थे भी खड़े थोनू मिलणगे। सो काफी नाग इत्थे जिहड़े उह दसो खड़े आ विक्री वास्ते। खुशदीप भाई सत श्री अकाल। सत श्री अकाल वीर जी। खुशदीप अज तो सुख नाल मेरे ख्याल च मंडी वांगू माहौल बनिया पिया है ना? हां जी हां जी भाई जी, गावां काफी इकट्ठियां होईयां ते इक वीर आए सीगे। ਪਹਿਲਾਂ ਆਪਾਂ ਆਨਲਾਈਨ ਦੋ ਤਿੰਨ ਆਰਡਰ ਸੀਗੇ, ਕੁਝ ਤਾਂ ਮੰਨ ਕੇ ਚੱਲੋ ਵੀ ਦੋ ਦੋ ਤਿੰਨ ਤਿੰਨ ਗਾਵਾਂ ਅਲੱਗ ਅਲੱਗ ਕਿਸਾਨਾਂ ਨੇ ਲਈਆਂ ਸੀ ਤੇ ਦੋ ਗੱਡੀਆਂ ਦੇ ਆਰਡਰ ਸੀ। ਉਹਨਾਂ ਦੇ ਥਰੂ ਇਹ ਆਦਮੀ ਆਏ ਆਪਣੇ ਕੋਲੇ। ਇਹ ਕਿਹੜੀ ਸਟੇਟ ਤੋਂ ਆ ਗਏ? ਆਪਾਂ ਸਿੱਧੀ ਗੱਲ ਕਰਕੇ ਇਹਨਾਂ ਨਾਲ। ਹਾਂਜੀ ਠੀਕ ਹੈ ਬਾਈ ਸਾਹਿਬ, ਨਮਸਕਾਰ। ਨਮਸਕਾਰ, ਕੌਣ ਸੀ ਸਟੇਟ ਸੇ ਆਏ ਹੋ ਬਾਈ? ਨਾਸਿਕ। ਨਾਸਿਕ ਮਹਾਰਾਸ਼ਟਰ, ਠੀਕ ਹੈ। ਚਾਹ ਕਿਤਨੀ ਗਾਏ ਅੱਜ ਖੁਸ਼ਦੀਪ ਸੇ ਆਪਣੇ ਪਰਚੇਜ ਕਰ ਲਈ? सात हीपर खरीदिए। अच्छा, और चार पांच बड़ी गाय। पांच बड़ी गाय और सात हीपर। सात हीपर, ठीक है। फर्स्ट टाइम आए हो खुशदीप के पास के पहले भी? फर्स्ट टाइम। फर्स्ट टाइम, अच्छा लगा गाय? अच्छा, अच्छी लगी। ठीक अच्छा। है, नंबर क्वालिटी ठीक है। तो दोस्तों ये महाराष्ट्र तो बाई जी हो रही आए है नासक दे विचों, इन्होंने 12 नाग खुशदीप तो खरीदे है। खुशदीप 12 इन्होंने खरीद ले, मेरे ख्याल 25-30 नाग तो होंगे घरे अज भी अपने बाई आराम नाल। एक तो आए भी गावां सीगियां, ਇਹਨਾਂ ਨੇ ਮੈਨੂੰ ਜਦੋਂ ਫੋਨ ਤੇ ਦੱਸਿਆ ਵੀ ਅਸੀਂ 5 ਤਰੀਕ ਨੂੰ ਕਹਿੰਦੇ ਸੀ ਵੈਸੇ ਆਵਾਂਗੇ। ਅੱਛਾ, ਵੀ ਤੁਹਾਡੇ ਕੋਲ ਅਸੀਂ ਤੁਰਾਂਗੇ। ਫਿਰ ਇਹਨਾਂ ਨੇ ਤੁਰੰਤ ਹੀ ਯਾਨੀ ਫਲੈਟ ਰਾਹੀਂ ਆਏ ਆ। ਠੀਕ ਹੈ। ਫਿਰ ਤੇ ਇਹ ਆ ਗਏ ਰਾਤ ਨੂੰ ਉਧਰੋਂ ਟੈਕਸੀ ਕਰਵਾ ਕੇ ਤੇ ਸਵੇਰ 1 ਦਿਨ ਚ ਕੁਦਰਤੀ ਮਾਲ ਪੂਰਾ ਹੋ ਗਿਆ ਇਹਨਾਂ ਦਾ। ਠੀਕ ਹੈ, ਹੁਣ ਯਾਨੀ ਇਹਨਾਂ ਦਾ ਲੋਟ ਪੂਰਾ ਹੈ ਤੇ ਬਾਕੀ 12 ਨਾਗ ਆਪਣੇ ਕੋਲ ਵਿਕਰੀ ਵਾਲੇ ਖੜੇ ਵੀ। 12-13 ਨਾਗ ਆਪਣੇ ਕੋਲ, 13 13 ਹੀ ਇਹਨਾਂ ਨੇ ਖਰੀਦਿਆ। 13 ਹੀ ਇਹਨਾਂ ਦੇ। ਠੀਕ ਹੈ, 8 ਹੀਪਰ ਖਰੀਦੀ ਹੈ, 5 ਬੜੀ ਗਾਏ ਹੈ। ਹਾਂਜੀ ਠੀਕ ਹੈ, ਓਕੇ ਓਕੇ। ਤੋ ਖੁਸ਼ਦੀਪ ਆਪਾਂ ਫਿਰ ਇਹਨਾਂ ਦੇ ਵਿੱਚੋਂ ਕੁਛ ਕੁ ਗਾਵਾਂ ਦਿਖਾ ਦਿੰਦੇ ਆ। ਵੈਸੇ ਰੈਂਡਮਲੀ ਆਪਾਂ ਦਿਖਾਉਣੇ ਆ, ਕੋਈ ਹਨਾ ਜਿਹੜਾ ਕੋਈ ਵੀਰ ਆਉਣਾ ਚਾਹੂਗਾ ਉਹਨੂੰ ਇੱਕ ਤਾਂ ਰੇਟ ਦਾ ਪਤਾ ਲੱਗ ਜੂ। ਪਹਿਲੇ ਨੰਬਰ ਤੇ ਜਿਹੜੀ ਵੈੜ ਖੜੀ ਹੈ ਬਹੁਤ ਸੋਹਣੀ ਦਿਸਦੀ ਹੈ। ਕਿੰਨਾ ਸੂਆ? ਦੋ ਦੰਦ ਵੱਛੀ। ਦੋ ਦੰਦ ਇਹਨਾਂ ਦਾ ਵੀ ਵੈਸੇ ਉਹ ਹਜੇ ਚੱਲ ਰਿਹਾ, ਇਹਨਾਂ ਦਾ 50-50 ਜਿਹਾ। ਠੀਕ ਹੈ, ਤੇ ਇਹਦੇ ਥੱਲੇ ਹੁਣ 30 ਕਿਲੋ ਦੁੱਧ ਚੋਣ ਦਾ ਜੀ, 4 ਦਿਨ ਹੋ ਗਏ ਸੂਈ ਨੂੰ ਮਗਰ ਬੱਚੀ ਆ। ਠੀਕ ਹੈ, ਤੋਰ ਦਈਏ ਇਹਨੂੰ ਤਾਂ ਆਪਾਂ ਮੜਾ। ਸੋ ਦੋਸਤੋ ਤੁਹਾਨੂੰ ਇੱਕ ਨਗੀਨਾ ਦਿਖਾ ਦਿੰਦੇ ਆ, ਮੈਂ ਬਾਲੀਆਂ ਗਾਵਾਂ ਤੋਰੂੰਗਾ ਨਹੀਂ ਕਿਉਂਕਿ ਵੀਡੀਓ ਬਹੁਤ ਲੰਬੀ ਬਣੂਗੀ। 25-30 ਨਗ ਇਸ ਟਾਈਮ ਬਾਈ ਕੋਲ ਹੈਗੇ ਆ, ਪਰ ਆਪਾਂ ਤੁਹਾਨੂੰ ਵਿੱਚੋਂ ਕੁਛ ਦਿਖਾ ਦਿੰਦੇ ਆ। ਹਾਲਾਂਕਿ ਇਹਦੇ ਵੀ ਸੌਦੇ ਦੀ ਗੱਲ ਚੱਲਦੀ ਹੈ, ਜਿਹੜੇ ਵੀਰ ਮਹਾਰਾਸ਼ਟਰ ਨਾਸਕ ਦੇ ਵਿੱਚੋਂ ਆਏ ਹੋਏ ਆ, ਪਰ ਹਜੇ ਸੌਦਾ ਨਹੀਂ ਹੋਇਆ। ਤਾਂ ਤੁਸੀਂ ਵੈੜ ਦੇਖੋ, ਬਿਊਟੀ ਕੰਪੀਟੀਸ਼ਨ ਵਾਲੀ ਹੈ, ਬਹੁਤ ਸੋਹਣਾ ਆਰਡਰ ਹਵਾਨੇ ਦੀ ਬਣਾਵਟ ਦੇਖਣ ਵਾਲੀ ਥਣ ਦੋਸਤੋ, ਬਹੁਤ ਸੋਹਣੇ ਨਿਖੜਵੇ ਤੇ ਦੋ ਦੰਦ ਮੂੰਹ ਦੇ ਵਿੱਚੋਂ। ਸੋ ਚੰਗਾ ਦੁੱਧ ਇਸ ਟਾਈਮ ਹਾਜ਼ਰ ਹੈ, ਤੁਹਾਨੂੰ ਹਵਾਨੇ ਦੇ ਉੱਤੇ ਨਾੜਾਂ ਦਿਖਾਊਂਗਾ, ਉਹ ਵੀ ਤੁਸੀਂ ਦੇਖੋਗੇ। ਪਹਿਲਣ ਵੈੜ ਦੋ ਦੰਦ ਤੇ ਥਣ ਦਾ ਸਾਈਜ਼ ਨੋਟ ਕਰਿਓ, ਬਹੁਤ ਸੋਹਣਾ, ਬਹੁਤ ਸੋਹਣੇ ਢਾਂਚੇ ਦੀ ਹੈ। ਲਿਆ ਬਈ ਵਾਪਸ ਬੰਦੇ। ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਇੱਕ ਬਹੁਤ ਸੋਹਣੀ ਵੈੜ ਦਿਖਾਈ ਹੈ, ਇਹਦੇ ਸੌਦੇ ਦੀ ਗੱਲ ਚੱਲਦੀ ਹੈ। ਹੋ ਸਕਦਾ ਸੌਦਾ ਹੋ ਜਾਏ, ਤੁਸੀਂ ਦੇਖ ਸਕਦੇ ਹੋ ਵੀਡੀਓ ਬਾਈ ਜਿਹੜੀ ਬਣਾ ਕੇ ਭੇਜ ਰਹੇ ਆ ਆਪਦੇ ਜਿੱਥੇ ਇਹ ਗਾਵਾਂ ਲੈ ਕੇ ਜਾਣੀਆਂ ਆਪਦੇ ਫੈਮਿਲੀ ਮੈਂਬਰਸ ਨੂੰ ਦਿਖਾਉਣ ਵਾਸਤੇ। ਸੋ ਕੁਛ ਕੁ ਨਾਗ ਤੁਹਾਨੂੰ ਦਿਖਾ ਦਿੰਦਾ ਖੁਸ਼ ਦੀ ਪੈਦੂ ਅੱਗੇ ਬਾਈ, ਇਹਨਾਂ ਚੋਂ ਦੱਸ ਦੀ ਇਹ ਵੀ ਦੋ ਦੰਦ ਦਾ ਬੱਚੀ ਦੀ। ਠੀਕ ਹੈ, ਰੇਟ ਰਹਿ ਗਿਆ ਜਾਨੀ ਇਹੀ ਚੀਜ਼ ਇਹਨਾਂ ਨੂੰ ਕਹੀਏ 125 ਆਪਾਂ ਲੈਣਾ ਜੀ ਇਹਦਾ। ਠੀਕ ਹੈ, ਹਾਂਜੀ ਜਿਹੜੀ ਪਹਿਲੇ ਨੰਬਰ ਤੇ ਹੈ। ਹਾਂਜੀ ਠੀਕ ਹੈ, ਫਿਕਸ ਰੇਟ ਹੋਣਗੇ। ਹਾਂ ਨਾਲ ਠੀਕ ਹੈ, ਇਹਦਾ ਬੱਚੀ ਦਾ ਫਿਕਸ ਰੇਟ ਆ 95,000 ਰੁਪਇਆ 27 ਕਿਲੋ ਬੋਲਾ ਜੀ। ਠੀਕ ਹੈ, ਤੇ ਦੋ ਦੰਦ ਦਾ। ਦੋ ਦੰਦ ਦਾ ਠੀਕ ਹੈ, ਮਿਲਕਿੰਗ ਕਰਕੇ ਲੈ ਜੇ ਕੋਈ ਵੀ ਬੰਦਾ। ਠੀਕ ਹੈ, ਆਰਡਰ ਬਹੁਤ ਸੋਹਣਾ। ਠੀਕ ਹੈ, ਬਹੁਤ ਸੋਹਣੇ ਛੱਡੀਆਂ। ਠੀਕ ਹੈ, ਫੇਸ ਇਧਰੋਂ ਆਪਾਂ ਦਿਖਾ ਦਿੰਦੇ ਆ, ਫੁੱਲ ਕੁਆਲਿਟੀ ਦਾ ਫੇਸ ਆ ਜੀ ਬੱਚੀ ਆ। ਸੋ ਦੋਸਤੋ ਇਹ ਦੇਖ ਸਕਦੇ ਹੋ ਤੁਸੀਂ ਬੈਠ, ਇਹਦੇ ਮਗਰ ਬੱਚਾ ਜੀ। ਠੀਕ ਹੈ, ਉਹਦੇ ਮਗਰ ਬੱਚੀ ਆ। ਠੀਕ ਹੈ, ਇਸ ਤੋਂ ਅੱਗੇ ਜਿਹੜੀਆਂ ਖੁਸ਼ਦੀਪ ਇਹਨਾਂ ਦੇ ਰੇਟ ਤੇ ਡਿਟੇਲ ਸੇਲ ਵਾਲੀ ਆ ਜੀ, 6 ਦਾ ਅੰਦਾ ਜੀ, ਪਹਿਲੇ ਸੂਏ 30 ਕਿਲੋ ਦੁੱਧ ਦਿੱਤਾ ਜੀ। ਠੀਕ ਹੈ, ਇਹਦਾ ਵੀ ਰੇਟ 95,000 ਰੁਪਇਆ ਜੀ। ਆ ਵੈੜ ਦੇ 25 ਦਿਨ ਬਾਕੀ ਹੈ ਜੀ। ਠੀਕ ਹੈ, ਦੁੱਧ 35-36 ਕਿਲੋ ਦਿੱਤਾ ਜੀ। ਠੀਕ ਹੈ, ਰੇਟ ਇਹਦਾ
ਰੇਟ ਇਹਦਾ ਜੈਨੂਅਨ ਜਿਹੜਾ ਹੁੰਦਾ ਗਾ ਉਹ 1,35,000 ਰੁਪਈਆ ਜੀ। ਠੀਕ ਹੈ, ਯਾਨੀ 40 ਕਿਲੋ ਦਾ ਉਹਦੀ ਆਪਾਂ ਤਸੱਲੀ ਦੇਵਾਂਗੇ, ਕਹਿਣ ਨੂੰ ਇਹ ਜੀ ਇਹਦਾ 50-50 ਵੀ ਕਹਿ ਦਿੰਦੇ ਲੋਕ। ਠੀਕ ਹੈ, 40 ਕਿਲੋ ਦੀ ਆਪਾਂ ਤਸੱਲੀ ਦੇਵਾਂਗੇ ਪੂਰੀ। ਠੀਕ ਹੈ, ਭਾਰੀ ਚੰਗੇ ਬੋਡੀ ਵੇਟ ਵਾਲੀ ਗਾਂ ਜੀ। ਇਹਦੋਂ ਅੱਗੇ ਵੈਣ ਜਿਹੜੀ ਖੜੀ ਹੈ ਇਹ 2 ਦੰਦ ਦਾ ਵੱਛੀ ਜੀ। ਠੀਕ ਹੈ, ਇਹ ਤੇ ਜਿਹੜੀ ਪਹਿਲੀ ਦਿਖਾਈ ਆ ਇਹ ਮਰਿੰਡੇ ਸਾਈਡ ਤੋਂ ਕੱਠੀਆਂ ਆਈਆਂ ਇੱਕ ਫਾਰਮ ਚੋਂ ਜੀ। ਠੀਕ ਹੈ, ਇਹਦੇ ਇੱਕ ਦਿਨ ਕਿੰਨੇ ਲੈ ਜੂਗੀ? ਇਹ ਦਿਨ ਲੈ ਜੂ 15-17 ਜੀ ਹਜੇ। ਠੀਕ ਹੈ, ਸੋਹਣਾ ਆਰਡਰ ਛੱਡਦੀ ਆਉਂਦੀ ਆ। ਇਹ ਵੈਣ ਆਪਾਂ ਦੇ ਦਾਂਗੇ 1,20 ਦੀ ਜੀ। ਠੀਕ ਹੈ, ਇਹਦੇ ਨਾਲ ਇੱਕ ਗਾਂ ਖੜੀ ਹੈ ਇਹਦਾ ਜੀ 30 ਕਿਲੋ ਦਾ ਦਿੱਤਾ ਵੈਣ ਦਾ। ਠੀਕ ਹੈ, ਦੰਦੀ ਰਲੀ ਵੀ ਆ ਯਾਨੀ ਛੇਕਾਂ ਨੇ ਕੱਢਦੀ ਆ ਰਲਵੀ ਮੰਨੋ। ਵੈਣ ਫਾਰਮ ਦੀ ਹੈ ਜੀ, ਦੁੱਧ 30 ਤੋਂ 35 ਕਿਲੋ ਭਾਵੇਂ 30 ਮੰਨ ਕੇ ਲੈ ਲੇ ਬੰਦਾ ਜੀ ਆਰਾਮ ਨਾਲ ਦੇ ਦੂਗਾ। ਇਹ ਆਪਾਂ ਦੇ ਦਾਂਗੇ 95 ਦੀ ਇਹ ਵੈੜ ਦੀ 95,000 ਦੀ। ਹਾਂਜੀ, ਠੀਕ ਹੈ, ਹੋਰ ਗਾਵਾਂ ਜਿਹੜੀਆਂ ਅੰਦਰ ਖੜੀਆਂ 1-2 ਜਿਹੜੀਆਂ ਗਾਵਾਂ ਆ ਵੀ ਆ ਜੀ, ਪਹਿਲਾਂ ਵਿਕਰੀ ਵਾਲੀਆਂ ਦਿਖਾ ਦਿੰਦੇ ਆ। ਆਹ ਵੈੜ ਆ ਜਿੱਦਾਂ ਜੀ ਇਹ ਕੱਚੀ ਆ ਹਜੇ 20-25 ਦਿਨ ਦੀ ਜੀ। ਠੀਕ ਹੈ ਜੀ, ਏਦਾਂ ਹੀ ਲੈਣੀ ਹੈ ਕਿਸੇ ਭਰਾ ਨੇ ਹੁਣ ਇਹ ਦੇ ਦਾਂਗੇ ਆਪਾਂ 80,000 ਰੁਪਏ ਦੀ ਗਾਂ। ਠੀਕ ਹੈ, ਆਹ ਵੱਛੀ 4 ਦਿਨ ਦਾ ਜੀ, ਇਹਦਾ ਦੁੱਧ ਦਾ ਬਹੁਤ ਰਿਕਾਰਡ ਆ ਜੀ ਵੈੜ ਦਾ, 35 ਕਿਲੋ ਦੁੱਧ ਦਾ ਰਿਕਾਰਡ ਆ। 20 ਦਿਨ ਪਏ ਆ, ਫੇਸ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਜੀ, ਬਹੁਤ ਵਧੀਆ ਸੋਹਣਾ ਫੇਸ ਆ ਵੈੜ ਦਾ, ਫਾਰਮ ਦੀ ਵੈੜ ਆ ਜੀ। ਅੱਜ ਹੀ ਆਈਆਂ ਇਹ ਵੀ ਤੇ ਆ ਵੀ ਹੁਣੇ ਆਈ ਹੈ ਜੀ। ਠੀਕ ਹੈ, ਠੀਕ ਆ, ਇਹਨਾਂ ਦਾ ਰੇਟ ਵੀ ਸੇਮ ਆ ਜੀ, 1,10,000 ਰੁਪਏ ਦੀ ਆਹ ਵੈੜ, 1,10,000 ਰੁਪਏ ਦੀ ਆਹ ਵੈੜ ਦੇ ਦਾਂਗੇ। ਠੀਕ ਹੈ, ਦੋ ਕਿ ਜਿਹੜੀ ਵਾਈਟ ਖੜੀ ਹੈ ਇਹ 2 ਦੰਦ ਆ ਜੀ। ਇਹ ਵੈਸੇ ਆਪਾਂ ਨਵਾਤੀ ਆ ਗਈ ਅੱਜ ਵੀਡੀਓ ਦਾ ਕਾਰਨ ਹੀ, ਸੁਬਹ ਹੀ ਜੇਰ ਸਿੱਟੀ ਜਾਣੇ ਜੀ। ਠੀਕ ਹੈ, 6-7 ਕਿਲੋ ਦੁੱਧ ਚੋਇਆ ਇਹਨਾਂ ਦੇ ਸਾਹਮਣੇ ਹੀ ਆਪਾਂ, ਤੇ ਦੁੱਧ ਜਾਣੀ ਪਾ ਦੂਗੀ ਆਰਾਮ ਨਾਲ 25 ਤੋਂ ਪਲੱਸ ਹੋ ਸਕਦਾ 30 ਨੂੰ ਹੱਥ ਮਾਰ ਜੇ ਲੇਵਾ ਲੂਗਾ ਸੋਹਣਾ ਜੀ। ਰੇਟ ਇਹਦਾ ਖੁਸ਼ ਦੀ ਪਦਾ ਰੇਟ ਇਹ ਵੈੜ ਦੇ ਦਾਂਗੇ ਆਪਾਂ ਜੀ 95,000 ਰੁਪਈਏ ਦੀ ਜੀ। ਠੀਕ ਹੈ, ਮੋੜ ਲਈ ਬਾਈ, 2 ਦੰਦ ਵੱਛੀ ਆ ਦੋਸਤੋ, ਬੱਚਾ ਕੀ ਹੈ ਖੁਸ਼ਦੀਪ ਦਾ ਧਿਆਨ ਚੋ ਬੱਚਾ ਜੀ। ਠੀਕ ਹੈ, ਸੋ ਦੋਸਤੋ ਇਹਦੇ ਨਾਲ ਬੱਚਾ ਮੇਲ ਕਾਫ ਹੈ। 2 ਗਾਵਾਂ ਅੰਦਰ ਤੁਹਾਨੂੰ ਮੈਂ ਜੇ ਕੈਮਰਾ ਮਾਰ ਦਿਆਂ ਦੋਸਤੋ, ਹਜੇ ਹੁਣੇ ਸੂਕੇ ਹਟੀਆਂ, ਉਹ ਵੀ ਜ਼ਰੂਰ ਦਿਖਾ ਦਿੰਦਾ। ਵੱਛੀਆਂ ਨੂੰ ਜਨਮ ਦਿੱਤਾ ਖੁਸ਼ਦੀਪ ਨੇਰੇ ਜੀ ਖੜੇ ਮਗਰ ਬੱਚੀਆਂ ਜੀ ਦੋਵਾਂ ਨੇ। ਠੀਕ ਹੈ, ਆ ਵੀ ਬੱਚੀ ਆ ਤੇ ਉਹ ਵੀ ਬੱਚੀ ਆ, ਦੋਵੇਂ 2-2 ਦੰਦ ਆ ਜੀ। ਠੀਕ ਹੈ, ਆਪਾਂ ਨੂੰ ਤੇ ਇਹਦਾ ਬੰਦੇ ਨੇ ਵਾਹਲਾ ਕਿਹਾ, ਯਾਨੀ ਦੁੱਧ ਬਾਹਰ ਕੱਢ ਕੇ ਦਿਖਾਉਣੇ ਆ, ਚੰਗਾ ਸ਼ਾਨਦਾਰ ਪੀਸ ਆ, ਫਾਰਮਰ 40 ਕਿਲੋ ਦੁੱਧ ਦੀ ਗਰੰਟੀ ਲੈਂਦਾ। ਠੀਕ ਹੈ, ਠੀਕ ਹੈ ਜੀ, ਤੇ ਆਪਾਂ ਯਾਨੀ ਬੰਦੇ ਨੂੰ 30-32 ਕਿਲੋ ਦੁੱਧ ਕਹਿ ਕੇ ਵੈੜ ਸੇਲ ਕਰਾਂਗੇ ਜੀ, 30-32 ਕਿਲੋ ਨਾਰਮਲ ਜਿਹਾ ਦੇ ਦੂਗੀ। ਠੀਕ ਹੈ, ਤੇ ਇਹਦੇ ਹੁਣ 4-5 ਕਿਲੋ ਮਿਲਕਿੰਗ ਕਰੀ ਆਪਾਂ, ਬੱਚੇ ਬੁੱਚੇ ਨੂੰ ਪਿਲਾਇਆ, ਜੇਰ ਹਜੇ ਇਹਦੀ ਪੈਣੀ ਹੈ ਜੀ। ਠੀਕ ਹੈ, ਇਹਨਾਂ ਦੋਵਾਂ ਨੂੰ 2-2 ਘੰਟੇ ਹੋਏ ਆ ਸੂਈਆਂ ਨੂੰ। ਰੇਟ ਇਹਦਾ ਕੀ ਰੱਖੇਗਾ ਤੁਸੀਂ? ਰੇਟ ਇਹ ਵੱਛੀ ਆਪਾਂ ਦੇ ਦਾਂਗੇ ਜੀ, ਫਿਕਸ ਰੇਟ ਹੈਗਾ 1,15,000 ਰੁਪਈਏ ਦੀ। ਸੋ ਦੋਸਤੋ 2 ਦੰਦ ਵੱਛੀ ਹੈ, ਤਾਜੀ ਸੂਈ ਹੈ, ਤੇ ਬੱਚਾ ਵੀ ਵੱਛੀ ਨੂੰ ਜਨਮ ਦਿੱਤਾ, ਬਾਕੀ ਸੀਲ ਠੰਡੀ ਬਹੁਤ ਆ ਜੀ। ਠੀਕ ਹੈ, ਥੋੜ ਸੋਹਣਾ ਦੇਖ ਲਓ, ਇਹ ਤਾਂ ਆਰਡਰ ਤੇ ਲਾ ਪਿਆ ਹੈਗਾ, ਕੱਲ ਨੂੰ ਕੁਛ ਦੀ ਫਣੀ ਪਾਸੇ ਨੂੰ ਕਰੀ ਪੁੱਛ, ਹੋਰ ਵੀ ਬੜੀ ਭਗਵਾਨੇ ਦਾ ਸਾਇਜ਼ ਦੇਖ ਲਓ ਤੁਸੀਂ, ਹਜੇ ਇਹ ਤਾਜੀ ਸੂਈ ਹੈ, ਜਿਹੜੀ ਹਜੇ ਜੇਰ ਪੈਣੀ ਬਾਕੀ ਹੈ, ਹੁਣ ਪਾਣੀ ਪਿਆਤਾ ਵੀਰ ਨੇ, ਥੋੜੇ ਟਾਈਮ ਬਾਅਦ ਇਹ ਫਿਰ ਜੇਰ ਜਿਹੜੀ ਉਹ ਆਪਣੀ ਪਾ ਦੂਗੀ। ਦੂਜੀ ਬਾਹਰ ਆ ਗਈ, ਦੂਜੀ ਇੱਕ ਜਿਹੜੀ ਅੰਦਰ ਤਾਜੀ ਸੂਈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਮੇਰੇ ਖਿਆਲ ਚ ਇਧਰ ਜਿਹੜੀਆਂ ਇਧਰ ਬਾਹਰ ਖੜੀਆਂ ਗਾਵਾਂ ਇਹ ਬਾਈ ਨੇ ਖਰੀਦ ਲਈਆਂ, ਇਹਨਾਂ ਨੇ ਲਈਆਂ ਜੀ ਸਾਰੀਆਂ, ਇਹਨਾਂ ਦੀ ਆਪਾਂ ਬਾਅਦ ਚ ਯਾਨੀ ਇਕੱਠੀਆਂ ਦੀ ਮੈਂ ਕਿਹਾ ਦੱਸ ਦਾਂਗੇ। ਆ ਐਰ ਸ਼ਹਿਰ ਥੱਲੇ ਵੀ 30 ਕਿਲੋ ਦੇ ਕਰੀਬ ਮਿਲਕ ਸੀਗਾ, ਤੇ ਇਹ ਵੀ ਇਹਨਾਂ ਨੇ ਬਾਅਦ ਚ ਯਾਨੀ ਦੁੱਧ ਦਾ ਕਾਰਨ ਤੇ ਇੱਕ ਕੁਛ ਕੁਆਲਿਟੀ ਕੁਆਲਿਟੀ ਵੈਣ ਦੀ ਇਹਦੀ ਵੀ ਚੰਗੀ ਹੈ ਜੀ, ਸੀ ਤਾਂ ਮਗਰ ਮੇਲ ਕਾਫੀ। ਠੀਕ ਹੈ, ਇਹ ਇਹਨਾਂ ਨੇ ਰੱਖ ਲਈ ਆ, ਸਹੀ ਹੈ। ਸੋ ਦੋਸਤੋ ਇਹ ਵਿਕੀ ਹੋਈ ਹੈ, ਵੈਸੇ ਤੁਹਾਨੂੰ ਚਲਾ ਕੇ ਦਿਖਾ ਰਹੇ ਹਾਂ, ਹਵਾਨਾ ਚੰਗਾ ਦਿਸਦਾ, ਇਹਨੂੰ ਪਾਣੀ ਪਿਆ ਰਿਹਾ, ਇੱਕ ਉਹ ਆ 2 ਦੰਦ ਵੱਛੀ ਜੀ। ਸੋ ਇੱਕ ਹੋਰ 2 ਦੰਦ ਵੱਛੀ ਜਿਹੜੀ ਤਾਜੀ ਸੂਈ ਉਹ ਵੀ ਬਾਹਰ ਕੱਢ ਲਈ, ਇਹ ਵੀ ਤੁਹਾਨੂੰ ਦਿਖਾ ਦਿੰਦੇ ਆ। ਇਹ ਹੋਣੀ ਸੂਈ ਆ ਦੋਸਤੋ, ਇਹਨੇ ਵੀ ਵੱਛੀ ਨੂੰ ਜਨਮ ਦਿੱਤਾ, ਇਹਦਾ ਦੁੱਧ ਜਿਹੜਾ ਉਹ ਜੇਰੇ ਦੀ ਪੈ ਗਈ ਹੈ ਮੇਰੇ ਖਿਆਲ ਚ ਚੋਇਆ ਹੋਇਆ, ਸੋ ਤੁਸੀਂ ਦੇਖੋਗੇ ਖੁਸ਼ਦੀਪ ਇਹਦੀ ਜੇਰ ਪੈ ਗਈ ਜਾਂ ਇਹਦੀ ਵੀ ਬਾਕੀ ਹਜੇ? ਇਹਦੀ ਤਾਂ ਜੇਰ ਇਹਨੇ ਸਿਰਤੀ, ਇਹਨੇ ਜੇਰ ਸਿਰਤੀ ਹੈ ਜੀ, ਤਾਂ ਮਿਲਕਿੰਗ ਵੀ ਹੋਈ ਵੀ ਆ ਮਗਰ ਵੱਛੀ ਆ ਜੀ। ਠੀਕ ਹੈ, 2 ਦੰਦਾ ਚਵਾਈ ਚੁਈ ਆ, ਥਣ ਥੂਣ ਦੇਖ ਲਓ, ਬਹੁਤ ਚੰਗਾ ਚੁਈ ਆ, ਅਸੀਂ ਮੋਟਾ ਮੋਟਾ ਚੋਣਾ ਜੀ। ਠੀਕ ਹੈ, ਰੇਟ ਇਹਦਾ? ਰੇਟ ਇਹ ਵੈੜ ਦੇ ਦਾਂਗੇ 88 ਦੀ 88,000 ਰੁਪਏ ਦੀ। 88,000 ਦੀ, ਅੱਛਾ ਜਿਹੜੀਆਂ ਵੱਛੀਆਂ ਸੀਗੀਆਂ ਉਹ ਸੇਲ ਹੋ ਗਈਆਂ ਇੱਧਰ, ਜਿਹੜੀਆਂ ਵੱਛੀਆਂ ਖੜੀਆਂ ਇਹਨਾਂ ਦੇ ਵਿੱਚੋਂ 8 ਖਰੀਦੀਆਂ? ਟੋਟਲੀ ਵੱਛੀਆਂ ਯਾਨੀ ਸੇਲ ਆ, ਸਾਂਭ ਗਈ ਹੋਗੀਆਂ। ਠੀਕ ਹੈ, ਆ ਜਾਓ ਨੰਦੂ ਕਾਕਾ, ਜੇ ਲੋਟ ਚ ਇਹਨਾਂ ਨੇ ਲਈਆਂ ਜੀ। ਠੀਕ ਹੈ, ਇਹ ਬਛੜੀ ਇਹ ਖਰੀਦੀ ਹੈ ਬਾਈ ਸਾਹਿਬ ਆਪਣੇ? ਅੱਠ ਬਛੜੀ ਹੈ। ਠੀਕ ਹੈ, ਅੱਛਾ ਇਹ ਪ੍ਰੈਗਨੈਂਟ ਹੈ ਖੁਸ਼ਦੀਪ, ਗੱਭਣ ਹੈ ਇਹ ਜੀ? ਜਿਹੜੀ ਤਾਂ ਬੱਚੀ ਆ ਗਈ ਇਹ ਹੈਗੀ 4 ਮਹੀਨਿਆਂ ਦੀ, 1-2 ਦਿਨ ਉਧਰ ਉਧਰ ਆ ਗਈ। ਠੀਕ ਹੈ, ਬਾਕੀ ਸਾਰੀ ਕੋਈ 5 ਦੀ ਜਿਵੇਂ ਆ ਗਈ, 7 ਦੇ ਕਰੀਬ ਆ, ਤੇ ਆ ਵੀ 5-4 ਦੀ ਆ, ਆ ਵੀ
अलग अलग दोनों ने खरीदी आपने। ठीक है अच्छा भाई साहब ने भी कुछ बछड़ी खरीदी। इन्होंने एक जर्सी वैड ली है दो दंद हजे घर नहीं आई। ठीक है आ रही है जानी बाकी जिदा हुण आ भी वड्डे वी बच्ची आ भी चंगे वेट वालियां इन्हां ने जी आपां नूं सणे खर्चा खुर्चा 55,000 दा भा पिया जी इन्हां नूं। ठीक है लॉट ही सारा दित्ता लॉट जी। ठीक है ओ जिहड़ी एयर शेयर आ ओह इन्हां ने लई आ 45 दी 45,000 दी। ठीक है सवा क चार महीने दी ओ गबड़ा जी। ठीक है सारियां खीरियां जी। ठीक है खीर कोई आ गई हुण देख लो जिवें बच्चा 7 महीने दे करीब आ भी ते आ भी बच्चियां हाइट वालियां जी। सही है एदां दियां बच्चियां हुण 20-25,000 दी तां पालक आपां नूं पता छोटी बच्ची आम आउंदी आ जी। सही है सो दोस्तो ये 8 बच्चियां जेडियां महाराष्ट्र नासिक जेडियां हो जानियां सही ठीक है। सो ये बच्चियां बाई ने इन्हां दी डिमांड दे हिसाब नाल इन्हां नूं लैके दित्तियां। बाकी गावां विच ही लॉट चाह लई है जी। ए दो दंद आ जी इहदा वी पौणे क दो महीने बाकी आ ते इक इन्हां ने आ गां लई है जी दुध इन्हां ने मिल्किंग इन्हां ने करी आ उत्थे जानी आपां नूं तां 30 दस्सिआ आपां इन्हां नूं कहा वी 30 किलो खुला दे दू हुण वी 30-24 किलो आपां मन्न के इन्हां नूं लेके दित्ती ओह तां कहिंदे सी 30 तैयार आ जी। ठीक है आपां 30 इन्हां नूं मन्न के लेके दित्ती आ 4 छपेरे कैमरा मार दिओ तुसीं। सही है लंबी लंजी वधिया दुध देण वाली गां जी। ठीक है यानी आपां कैलकुलेशन करके 80 चाह पा के जी ते 60 च नाल ओह पा के 1:40 दा जोड़ा ਇਹਨਾਂ ਨੂੰ ਇਹ ਲੈ ਕੇ ਦਿੱਤਾ ਜੀ। ਠੀਕ ਹੈ ਮਤਲਬ ਅਲੱਗ ਅਲੱਗ ਇਹਨਾਂ ਨੂੰ ਰੇਟ ਜਿੱਦਾਂ ਦਾ ਇਹ ਸਮਝਦੇ ਸੀ ਉਦਾਂ ਦਾ ਇਹਨਾਂ ਨੂੰ ਬਣਵਾਤਾ। ਇਹਨਾਂ ਨੇ ਜੀ ਆਪਾਂ ਨੂੰ ਜਿੰਨਾ ਰੇਟ ਬੋਲਿਆ ਨੰਦੂ ਕਾਕਾ ਇਧਰ ਆਣਾ ਇਹਨਾਂ ਨੇ ਆਪਾਂ ਨੂੰ ਜਿੰਨਾ ਰੇਟ ਮੂੰਹ ਚੋਂ ਇੱਕ ਵਾਰੀ ਬੋਲਿਆ ਜੀ ਉਸ ਤੋਂ ਅੱਗੇ ਆਪਾਂ 1,000 ਰੁਪਇਆ ਵੀ ਨਹੀਂ ਕਿਹਾ। ਠੀਕ ਹੈ ਸਹੀ ਬਰੋਬਰ ਬਾਤ ਹੈ ਨਾ ਜੋ ਰੇਟ ਉਹਨਾਂ ਨੇ ਲਾਸਟ ਬੋਲਾ ਉਸੀ ਮੇ ਜੋ ਗਾਏ ਮਿਲੀ ਉਸੀ ਰੇਟ ਮੇ ਲਈ ਹੈ। ਠੀਕ ਹੈ ਹਾਂਜੀ ਜੋ ਇਹਨਾਂ ਦੇ ਪਸੰਦ ਦੀ ਗਾਏ। ਸੋ ਦੋਸਤੋ ਇਹ ਤੋਂ ਬਿਨਾ ਤੁਸੀਂ ਦੇਖੋਗੇ ਸਾਹਮਣੇ ਵੀ ਵੀਰ ਆ ਗਏ ਇੱਕ ਹੋਲ ਟੋਲੀ ਆ ਗਈ ਕਿਉਂਕਿ ਪਸ਼ੂ ਜ਼ਿਆਦਾ ਤਾਂ ਗਾਹਕ ਵੀ ਉਨਾ ਜ਼ਿਆਦਾ ਆਉਣਾ ਹੁੰਦਾ ਨੈਚੁਰਲੀ ਹੈ। ਸੋ ਇਹ ਵੀਰ ਜਿਹੜੇ ਹੋਰ ਪਸ਼ੂ ਖਰੀਦਣ ਵਾਸਤੇ ਇੱਥੇ ਪਹੁੰਚ ਗਏ। ਸੋ ਦੋਸਤੋ ਇਹ ਵੀਰ ਆਪਦੀ ਲੈਂਗੁਏਜ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਮਹਾਰਾਸ਼ਟਰ ਦੇ ਵੀਰਾਂ ਨੂੰ ਵੀ ਕੋਈ ਮੈਸੇਜ ਦੇਣਾ ਚਾਹੁੰਦੇ ਆ ਹਿੰਦੀ ਮੈਂ ਬਾਈ ਸਾਹਿਬ ਥੋੜਾ ਪੁੱਛਣਾ ਚਾਹੂੰਗਾ ਯਹਾਂ ਪਰ ਰਹਿਣੇ ਸਹਿਣੇ ਕੀ ਦਿੱਕਤ ਤੋਂ ਨਹੀਂ ਆਈ ਆਪ ਇਨਕੇ ਪਾਸ ਰੁਕੇ ਹੋ ਮਤਲਬ ਅੱਛਾ ਲੱਗਾ ਜੋ ਵੀ ਡੀਲ ਇਹਨਾਂ ਨੇ ਕਰਾਈ ਹੈ ਆਪਕੀ ਇੱਛਾ ਕੇ ਅਨੁਸਾਰ ਹੈ ਘਰ ਕੇ ਜੈਸਾ ਰਹਾ। ਠੀਕ ਹੈ ਅੱਛਾ ਕੋਈ ਆਪਣੀ ਭਾਸ਼ਾ ਮੇ ਜੋ ਆਪ ਮੈਸੇਜ ਦੇਣਾ ਚਾਹਤੇ ਹੋ ਆਪਣੇ ਭਾਈਓ ਕੋ ਮਹਾਰਾਸ਼ਟਰ ਕੇ ਭਾਈਓ ਕੋ ਵੋ ਜ਼ਰੂਰ ਬੋਲ ਦੇਣਾ ਇਧਰ ਸਭ ਖਾਣੇ ਪੀਣੇ ਕਾ ਇਕਦਮ ਅੱਛੇ ਸੇ ਰਹਿਣੇ ਕਾ ਸਭ ਸੋਏ ਦੋਨੋ ਟਾਈਮ और गाय भी एक नंबर ब्रीड की लेके दिए ये 8 बछड़ी लिए आपने। ठीक है एक नंबर अच्छे दाम में मिलती है ऐसा फेक जोक नहीं है। ठीक है एक बोलने का और एक करके देने का। ठीक है ऐसा भी अच्छा वो मराठी में भी बोल देना भाई साहब अपनी लैंग्वेज में भी बोल देना। चांगला गाय भेटता वो खुशदीप कड़ा बढ़िया एकदम म्हणजे मोठा मोठा फार्मर आपल्याला गाय दिल्या त्यांनी कारवड दिल्या चांगली क्वालिटी A1 क्वालिटी। ओके सो दोस्तों ये आपकी भाषा दे विच भाई जी होरी ने अपनी स्टेट दे जिहड़े वीर है उन्हां वास्ते मैसेज दिता भी इत्थों इन्हां नूं जिद्दां दे पशु चंगे लगे वह खुशदीप ने वह पशु इन्हां नूं दवाते है। अज दी वीडियो च यही कुछ सी पशु जिहड़े विक्री वास्ते खड़े उन्हां दा रेट ते डिटेल दसदी है बाकी नाग विके होया। धन्यवाद वीडियो देखने वास्ते।